ਹੈਲੋ ਫਰੈਂਡਸ ਆਪ ਜੀ ਦਾ ਮੇਰੇ YouTube ਚੈਨਲ ਵਿੱਚ ਬਹੁਤ ਬਹੁਤ ਸਵਾਗਤ ਹੈ ਸੋ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਇੱਕ ਲੇਟਸ ਅਪਡੇਟ ਲੈ ਕੇ ਆਏ ਹਾਂ ਜੋ ਕਿ ਤੁਹਾਨੂੰ ਇਹ ਜਾਣਨਾ ਬਹੁਤ ਹੀ ਜ਼ਰੂਰੀ ਹੈ ਤਾਂ ਤੁਸੀਂ ਦੇਖ ਸਕਦੇ ਹੋ ਪੁਆਇੰਟ ਨੰਬਰ 138 ਜੋ ਕਿ ਇੱਕ ਨਵਾਂ ਬਜਟ ਅਨਾਉਂਸ ਹੋਇਆ ਉਹਦੇ ਵਿੱਚ ਦੱਸਿਆ ਹੈ ਇਹਦੇ ਵਿੱਚ ਦੱਸਿਆ ਹੋਇਆ ਹੈ ਕਿ 8184 ਅਧਿਆਪਕਾਂ ਦੀਆਂ ਭਰਤੀ ਲਈ ਇਤਿਹਾਰ ਜਲਦੀ ਜਾਰੀ ਕੀਤਾ ਜਾਵੇਗਾ ਸੋ ਤੁਹਾਨੂੰ ਪਤਾ ਹੈ 3704 ਮਾਸਟਰ ਕੈਡਰ ਅਤੇ ETT ਦੀਆਂ 2364 ਵੈਕੈਂਸੀਆਂ ਨਿਕਲੀਆਂ ਸੀ ਮਾਸਟਰ ਕੈਡਰੀ ਦਾ 올ਓਵਰ ਪ੍ਰੋਸੈਸ ਕੰਪਲੀਟ ਹੋਣ ਵਾਲੀ ਹੈ ईटीडी ते जल्दी स्टार्ट हो जाओगी ता पूरा पहले डिस्कस कर लेने है कि अध्यापकों दी भर्ती रिगार्डिंग दसया होया है स्पीकर साहब जी इन 4 सालਾਂ ਦੌਰਾਨ ਸਾਡੀ ਸਰਕਾਰ ਨੇ 22734 ਅਧਿਆਪਕਾਂ ਅਤੇ ਸਿੱਖਿਆ ਅਧਿਆਪਕਾਂ ਪ੍ਰਬੰਧਕਾਂ ਦੀਆਂ ਭਰਤੀ ਦੇ ਰਿਗਾਰਡਿੰਗ ਠੀਕ ਹੈ ਜੀ ਕੰਮਕਾਰ ਕੀਤਾ ਸੀ ਅਤੇ ਕਰ ਰਹੇ ਹਨ ਇਸ ਤੋਂ ਇਲਾਵਾ ਨਾਓ ਜਿਹੜਾ ਇੰਪੋਰਟੈਂਟ ਪੁਆਇੰਟ ਹੈ ਜਿਹੜਾ ਇੱਥੇ ਬਲੂ ਠੀਕ ਹੈ ਜੀ ਹਾਈਲਾਈਟ ਕੀਤਾ ਹੋਇਆ ਮੈਂ 8184 ਅਧਿਆਪਕਾਂ ਦੀਆਂ ਭਰਤੀ ਲਈ ਇਸ਼ਤਿਹਾਰ ਜਲਦੀ ਜਾਰੀ ਕੀਤਾ ਜਾਵੇਗਾ ਠੀਕ ਹੈ ਜੀ ਐਸਨ ਐਸ ਪੋਸੀਬਲ ਇਹਨਾਂ ਦੱਸਿਆ ਕਿ ਜਾਰੀ ਕਰੋਗੇ ਬਟ ਕਦੋਂ ਕਰੋਗੇ ਕੋਈ ਪਤਾ ਨਹੀਂ ਇੱਥੇ ਇੰਪੋਰਟੈਂਟ ਚੀਜ਼ ਦੱਸਣ ਲੱਗਾ ਤੁਹਾਨੂੰ ਪਤਾ ਹੈ ਕਿ ਪੋਸਟਾਂ ਜਿਹੜੀਆਂ ਨਿਕਲਣੀਆਂ ਆ ਦੇ ਲਈ ਠੀਕ ਹੈ ਟੈਸਟ ਵੈਰਾ ਜਿਹੜਾ ਤੁਸੀਂ ਦਿੱਤਾ ਮਾਸਟਰ ਕੈਟ ਦਾ ਕੁਆਲੀਫਾਈ ਕਰਨਾ ਪੈਣਾ ਹੈ ਉਸ ਤੋਂ ਬਾਅਦ ਪੀਟੈਟ ਤੁਸੀਂ ਦਿੱਤਾ ਹੋਇਆ ਬੈਟਸ ਵੈਰੀ ਗੁੱਡ ਅਗਰ ਨਹੀਂ ਦਿੱਤਾ ਉਹ ਤੁਹਾਨੂੰ ਦੇਣਾ ਪੈਣਾ ਜਿਹੜੇ ਨਵੇਂ ਕੈਂਡੀਡੇਟਸ ਨੇ ਬਾਕੀ ਕੀ ਫਦਰ ਪ੍ਰੋਸੈਸ ਹੈ ਜਲਦੀ ਠੀਕਾ ਪਤਾ ਲੱਗ ਜਾਊਗਾ ਇਸ ਤੋਂ ਇਲਾਵਾ ਪਿਛਲੇ 4 ਸਾਲਾਂ ਦੌਰਾਨ 8014064 ਅਧਿਆਪਕਾਂ ਦੀਆਂ ਸੇਵਾਵਾਂ ਨੂੰ ਰੈਗੂਲਰ ਕੀਤਾ ਹੈ ਜੋ ਪਿਛਲੇ 515 ਸਾਲਾ ਤੋਂ ਟੇਕੇ ਦੇ ਅਧਾਰ ਤੇ ਕੰਮ ਕਰ ਰਹੇ ਸੰਤ ਸੋ ਬਾਕੀ ਦੇਖਦੇ ਆ ਕਿ ਫਦਰ ਪ੍ਰੋਸੈਸਿੰਗ ਨਾਲ ਦਾ ਹਲਕਾ ਜਿਹਾ ਸਨਾਨਸਮੈਂਟ ਹੋਈ ਹੈ ਕੋਈ ਨਹੀਂ ਦੱਸਿਆ ਇਸ ਸਾਲ ਕਰਨੀ ਹੈ ਜਾਂ ਕਦੋਂ ਕਰਨੀ ਹੈ ਬਟ ਇਨਾਂ ਦੱਸਿਆ ਕਿ ਇਨਾਂ ਨੇ ਕਿ ਜਲਦੀ ਤੋਂ ਜਲਦੀ ਇਨਾਂ ਨੇ ਹੈ ਇਹ ਜਿਹੜੀਆਂ ਪੋਸਟਾਂ ਕਰਨੀਆਂ ਸੋ ਬਹੁਤ ਹੀ ਅੱਛੀ ਕਵਰ ਹੈ ਕੈਂਡੀਡੇਟਸ ਵਾਸਤੇ ਜਿਹੜੇ ਪ੍ਰੈਪਰੇਸ਼ਨ ਕਰਦੇ ਪਏ ਨੇ ਬਸ ਇਹ ਹੈ ਫਰੈਂਡਸ ਕੰਪੀਟੀਸ਼ਨ ਬਹੁਤ ਹੈ ਮੈਂ ਤੁਹਾਨੂੰ ਇੱਕ 21 ਦਰਸ਼ਨ ਦੇਣਾ ਚਾਹਾਂਗਾ ਜਿੰਨਾ ਜ਼ਿਆਦਾ ਹੋ ਸਕੇ ਹਾਰਡ ਟੂ ਹਾਰਡ ਵਰਕ ਕਰੋ ਬਿਕੋਜ਼ ਅੱਜਕਲ ਬਹੁਤ ਬੱਚੇ ਬਹੁਤ ਇੰਟੈਲੀਜੈਂਟ ਹੈ ਨਵੀਂ ਜਨਰੇਸ਼ਨ ਤੁਹਾਨੂੰ ਪਤਾ ਕਿੰਨੇ ਇੰਟੈਲੀਜੈਂਟ ਹੈ ਠੀਕ ਹੈ ਜੀ ਪੁਰਾਣੀ ਜਨਰੇਸ਼ਨ ਗੱਲ ਕਰ ਲੋ ਕਿ ਲੇਟਾ ਜਨਰੇਸ਼ਨ ਕੋਲ ਬਹੁਤ ਜ਼ਿਆਦਾ ਜ਼ਮੀਨ ਆਸਮਾਨ ਦਾ ਡਿਫਰੈਂਟ ਅੱਜਕਲ ਦੇ ਬੱਚੇ ਦੀ ਬੇਸਿਕ ਨੋਲਿਜ ਬਹੁਤ ਹੈ ਸੋ ਜਿਹੜੇ ਵੀ ਹੈਗੇ ਆ ਬੱਚੇ ਪ੍ਰਿਪੇਅਰ ਕਰਦੇ ਪਏ ਹੈ ਜਾਂ ਜਿਨ੍ਹਾਂ ਨੇ ਪ੍ਰਿਪੇਅਰ ਕੀਤਾ ਹੋਇਆ ਟੈਸਟ ਕੁਆਲੀਫਾਈ ਕੀਤਾ ਹੈ ਆਪਣੀ ਹੋਰ ਨੋਲਿਜ ਅਪਗ੍ਰੇਡ ਕਰੋ ਤਾਂ ਬਾਕੀ ਪੋਸਟਾਂ ਦਾ ਵੇਟ ਕਰੋ ਇਦਾਂ ਦੀਆਂ ਫੋਰ ਮੋਰ ਅਪਡੇਟਸ ਵਾਸਤੇ ਜ਼ਰੂਰ ਸਾਨੂੰ ਫੋਲੋ ਕਰੋ ਅਤੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰੋ so to in future ਜੜੀਆਂ ਵੀ ਦਾਦੀਆਂ ਲੇਟਸ ਅਪਡੇਟਸ ਆਣ ਗਿਆ ਰਿਕਾਰਡਿੰਗ ਡਿਫਰੈਂਟ ਟਾਈਪਸ ਆਫ ਟੈਸਟ ਉਹਨਾਂ ਦਾ ਨੋਟੀਫਿਕੇਸ਼ਨ ਤੁਹਾਨੂੰ ਜਲਦੀ ਮਿਲਦਾ ਰਹੇ ਅਤੇ ਪੂਰਾ ਪ੍ਰੋਸੈਸ ਤੁਹਾਨੂੰ ਮੈਂ ਐਕਸਪਲੇਨ ਕਰ ਸਕਾਂ ਇਨ ਫਿਊਚਰ ਵੀ so thank you friends watching this video and for your precious time